ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਕਿੱਦਾਂ ਸਾਰੇ ਠੀਕ ਠਾਕ ਵਧੀਆ ਆਫੇ ਕਰਦੇ ਹਾਂ ਛੋਟੇ ਜਿਹੇ ਬਲੌਗ ਦੀ ਸ਼ੁਰੂਆਤ ਅਤੇ ਕਿਚਨ ਫਾਈਨਲ ਹੋ ਚੁੱਕੀ ਆ ਆਪਣੀ ਨੇਗੀ ਕਿਸੇ ਦੀ ਕਿਚਨ ਮੰਨ ਲਓ ਮਾਡਰਨ ਕਿਚਨ ਨੇਗੀ ਸਟੀਲ ਵਾਲੀ ਕਿਚਨ ਨੂੰ ਸਟੀਲ ਵਾਲੀ ਕਿਚਨ ਉਹਦੀ ਫਿਟਿੰਗ ਆਪਾਂ ਪ੍ਰੋਪਰ ਕੰਪਲੀਟ ਕਰਤੀ ਆ ਅਤੇ ਤੁਹਾਨੂੰ ਦਿਖਾਉਂਦੇ ਹਾਂ ਅੱਜ ਪੰਜਾਂ ਚੌਂ ਦਿਨਾਂ ਵਿੱਚ ਤੁਹਾਨੂੰ ਮਾਡਰਨ ਕਿਚਨ ਵੀ ਦਿਖਾਵਾਂਗੇ ਕਿਵੇਂ ਕੰਪਲੀਟ ਆਪਾਂ ਕੀਤੀ ਆ ਉਹਦੇ ਵਿੱਚ ਕੀ ਮਤਲਬ ਅਲੱਗ ਕੀ ਹੁੰਦਾ ਮਾਡਰਨ ਕਿਚਨ ਦੇ ਵਿੱਚ ਅਤੇ ਸਟੀਲ ਵਾਲੀ ਕਿਚਨ ਦੇ ਵਿੱਚ ਕੀ ਕੀ ਅਲੱਗ ਹੁੰਦਾ ਪੱਲੇ ਸੇਮ ਹੁੰਦੇ ਵਗੈਰਾ ਪਰ ਬਾਕੀ ਫਿਟਿੰਗ ਜਿਹੜੀ ਅਸੈਸਰੀ ਲੱਗਦੀ ਉਹ ਥੋੜ੍ਹੀ ਅਲੱਗ ਹੁੰਦੀ ਹੈ ਸਟੀਲ ਦੀ ਅਸੈਸਰੀ ਤੁਹਾਨੂੰ ਦੱਸਦੇ ਇਹ ਥੋੜ੍ਹੀ ਘੱਟ ਬਜਟ ਵਿੱਚ ਤਿਆਰ ਹੋ ਜਾਂਦੀ ਹੈ ਸਟੀਲ ਵਾਲੀ ਅਤੇ ਦੂਜੀ ਜਿਹੜੀ ਆ ਇਨੋਟੈਕ ਵਗੈਰਾ ਉਹਦਾ ਬਜਟ ਥੋੜ੍ਹਾ ਵੱਧ ਜਾਂਦਾ ਵਾ ਅਤੇ ਉਹ ਵੀ ਤੁਹਾਨੂੰ ਹਫ਼ਤੇ ਕੁ ਤੱਕ ਉਹ ਵੀ ਦਿਖਾਵਾਂਗੇ ਕੰਪਲੀਟ ਕਰਕੇ ਕਿਚਨ ਮਾਡਰਨ ਵੀ ਆਹ ਫਿਰ ਲੈ ਕੇ ਚੱਲੀਏ ਤੁਹਾਨੂੰ ਹਾਂਜੀ ਇਹ ਚੱਲੇ ਨੇ ਕੰਮ 'ਤੇ ਅਤੇ ਮੈਂ ਚੱਲੀ ਨੇ ਘਰ ਅਤੇ ਘਰ ਦੇ ਲੱਗ ਗਏ ਇਹ ਲੱਗੇ ਨੇ ਕੰਮ 'ਤੇ ਘਰ ਚੱਲਦੀ ਹਾਂ ਥੋੜ੍ਹਾ ਟਾਈਮ ਪਾਸ ਹੋ ਜਾਂਦਾ ਇੱਥੇ ਵੀ ਲੰਮੀ ਪਈ ਰਹਿੰਦੀ ਘਰ ਹਰ ਗੁਣ ਮਿਲਣੇ ਨਾਲੇ ਹਾਂਜੀ ਪਹੁੰਚ ਗਏ ਆਪਾਂ ਕੰਮ 'ਤੇ ਅਤੇ ਆ ਅਸੈਸਰੀ ਆਪਾਂ ਲਾਤੀ ਫਿੱਟ ਕਰਤੀ ਸਟੀਲ ਵਾਲੀ ਫਿਟਿੰਗ ਦੀ ਆਹ ਪ੍ਰੋਫਾਈਲਾਂ ਲਾਤੀਆਂ ਦੇਖੋ ਅਤੇ ਇਹ ਆ ਟੇਲੀ ਡਰੰਮੀ ਆ 18 ਇੰਚੀ ਦੀ ਆ ਅਤੇ ਇਹਦੇ ਅੰਦਰ ਆਪਾਂ ਟਿਊਬਾਂ ਲਾਵਾਂਗੇ ਅਲਮੀਨੀਅਮ ਦੀਆਂ ਕਿਉਂਕਿ ਇਹ ਹੇਠਾਂ ਦੀ ਲਾਵਾਂਗੇ ਮਤਲਬ ਚੈਨਲ ਲੱਗਾ ਹੋਇਆ ਇਹਦੇ ਹੇਠਾਂ ਅਤੇ ਮਾਈਕਾ ਗਰੇ ਆਪਾਂ ਲਾਤਾ ਪ੍ਰੋਪਰ ਫਿਟਿੰਗ ਵੀ ਕਰਤੀ ਆ ਆ ਟਿਊਬਾਂ ਵੱਢ ਕੇ ਅਤੇ ਬੈਕ ਸਾਈਡ ਲਾ ਦੇਣੀਆਂ ਸਪੋਰਟਾਂ ਵਾਸਤੇ ਅਤੇ ਆਹ ਆਪਾਂ ਹੁੱਕਾਂ ਲਾਤੀਆਂ ਸਲਫ ਰੋਕਣ ਵਾਸਤੇ ਮਤਲਬ ਜਿਵੇਂ ਮੰਨ ਲਓ ਵੱਡਾ ਸਮਾਨ ਰੱਖਣਾ ਵਾ ਅਤੇ ਸਲਫ ਨਿਕਲ ਵੀ ਜਾਂਦੀ ਪੂਰੀ ਵੀਡੀਓ ਤੁਹਾਨੂੰ ਅਸੀਂ ਕੱਲ੍ਹ ਵਿਖਾ ਲਾਂਗੇ ਕੱਲ੍ਹ ਦੇ ਵਲੋਗ ਦੇ ਵਿੱਚ ਕੰਪਲੀਟ ਕਿਚਨ ਅੱਜ ਥੋੜ੍ਹਾ ਜਿਹਾ ਕੰਮ ਰਹਿ ਗਿਆ ਇਸ ਕਰਕੇ ਆਪਾਂ ਪੂਰੀ ਕਿਚਨ ਨਹੀਂ ਦਿਖਾਈ ਭਾਜੀ ਹੁਣ ਕਰਤਾ ਮੇਰੇ ਨਾਲ ਤਿਆਰ ਅਤੇ ਚਾਹ ਦੀ ਤਿਆਰੀ ਹੋਣ ਡਈ ਇੱਧਰ ਸੁੱਖਾ ਲਾ ਰਿਹਾ ਗਲੂ ਆਹ ਸਟਾਰਟਰ ਲਾ ਤੇ ਆ ਸਲੈਬ ਪਾ ਕੇ ਪੱਲੇ ਖੋਲ੍ਹਣੇ ਥੱਲੇ 4 ਅਤੇ ਵੀ ਤਕਰੀਬਨ ਕੱਲ੍ਹ ਤਿਆਰ ਹੋ ਜਾਣਾ ਪੈਨਲ ਸਾਡਾ ਪੈਨਲ ਹੋ ਗਿਆ ਰੈਡੀ ਆਪਣਾ ਬਸ ਆਹ ਤਕਾਉਣ ਜੀ ਵੱਜਣੀ ਉੱਪਰ ਅਤੇ ਬਸ ਫਾਈਨਲ ਹੋ ਜਾਣਾ ਚਿੰਕਲ ਦੇ ਸਿਰ 'ਤੇ ਕੰਮ ਚੱਲਣ ਡਿਆ ਸਾਰਾ ਪੱਲੇ ਵੱਢਣ ਵਾਲੇ ਬਾਕੀ ਹੈ ਜਿਹਦੇ ਆਹ ਸਾਰੇ ਲੋਅਰ ਆ ਪਹਿਲਾਂ ਕਹਿੰਦੇ ਅੱਧੇ ਲਾਉਣੇ ਉੱਥੇ ਤੱਕ ਛਾਤੀ ਨੂੰ ਜੋੜ ਪੂਰੇ ਆਪਾਂ ਮਗਰ ਕੋਪ ਰੁੱਖ ਸਾਰੇ ਪੈਦੇ ਕੋਸਾ ਪਾਣੀ ਗਲੂ ਲਾ ਰਹੇ ਨੇ ਭਾਈ ਹੁਣ ਚਿੰਕਲ ਵੇਲਾ ਬੰਦੇ ਦੀ ਸੇਵਾ ਕਰਨ ਡਿਆ ਭਾਅ ਜੀ ਹੈਗੇ ਨੇ ਥੱਲੇ ਪੂਰਾ ਕਰ ਲਿਆ ਇੱਥੇ ਰੱਖ ਕਿੰਨੀ ਹੁਣ ਮਸਤ ਹੋਈ ਚੁਈਏ ਚਿੜੀਆ ਰਾਣੀ ਬੜੀ ਸਿਆਣੀ ਚਿੜੀਆ ਹਰਗੁਣ ਦਾਦੂ ਆ ਗਈ ਦੰਦੀ ਵਿਖਾ ਦਿੰਦੀ ਕਿੱਥੇ ਹੋਈ ਸੀ ਕੋਈ ਕਿਆ ਪੋਏ ਦੱਦਾ
ਦੱਦਾ ਓਏ ਦੱਦਾ ਕਹਿ ਦੋ ਦੱਦਾ ਓਏ ਸੁਣੇ ਓਏ ਦੱਦਾ ਕਹਿ ਦੋ ਦੱਦਾ ਦੱਦੂ ਕਿੱਥੇ ਗਿਆ ਦੱਦੂ ਕਿੱਥੇ ਗਿਆ ਸੁਣੇ ਦੱਦੂ ਹਰਗੁਣ ਚੁਣਾ ਚੁਣ ਕਾਕਾ ਚੁਣ ਕਾਕਾ ਚੁਣ ਕਾਕਾ ਇਹਨੇ ਮੇਰੀ ਹੁਣ ਐਨਕ ਲਾਉਣੀ ਆ ਐਨਕ ਨੂੰ ਬੜਾ ਪੈਂਦੀ ਆ ਲੈ ਵੀ ਵਿਆਹ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਆਪਾਂ ਨੂੰ ਆ ਗਿਆ ਵਿਆਹ ਹਾਂਜੀ ਕੀ ਕਰਨੇ ਉਧਰ ਆਲੂ ਕਚਾਲੂ ਚੱਲਣ ਡਿਆ ਆ ਉਹ ਤੇ ਵੇਖਣੇ ਡਈ ਕੀ ਆ ਡੈਡੀ ਨੇ ਕਿੱਦਾਂ ਡਈ ਹੈ ਖੇਡਣ ਇੰਨੀ ਖੁਸ਼ ਹੁੰਦੀ ਇੱਧਰ ਮੰਮੀ ਕੱਟਣ ਲੱਗੇ ਨੇ ਸਬਜ਼ੀ ਗੋਭੀ ਦੀ ਅੱਜ ਬਣਾਉਣ ਲੱਗੇ ਆ ਗੋਭੀ ਇਹਦੇ 'ਚ ਕੀ ਇਹਦੇ 'ਚ ਲਿਆਉਂਦੇ ਪਿਆਜ਼ ਹਰਗੁਣ ਗਈ ਬਾਜ਼ਾਰ ਇੱਧਰ ਲੱਗਾ ਟੀਵੀ ਮੰਮੀ ਲਾਉਣ ਡੇ ਕਰਨ ਡੇ ਇਹਦੇ ਸਿਰ ਨੂੰ ਤੇਲ ਲਾ ਲੈਣਾ ਚਾਹੀਦਾ ਹੈ ਲੰਮੀ ਪਈ ਹੈ ਤਾਂ ਤੇਲ ਓਕੇ ਜੀ ਬਾਏ ਬਾਏ ਸਾਹਿਬ ਜੀ ਆਪਾਂ ਹੁਣ ਚੱਲੇ ਆ ਠੀਕ ਆ ਓਕੇ ਫੇਰ ਹੁਣ ਆਵਾਂਗੇ ਠੀਕ ਆ ਲਓ ਜੀ ਹੁਣ ਇਹ ਚੱਲੇ ਆ ਮਾਂ ਪੁੱਤ ਮੈਂ ਕਿਹਾ ਰਵੋ ਰਾਤ ਕਹਿੰਦੇ ਨਹੀਂ ਰਹਿਣਾ ਉਹਨੇ ਅੱਜ ਚੱਕੜੀ ਬਾਜ਼ਾਰ ਦੇ ਵਿੱਚ ਉਹ ਫੋਨ ਆਇਆ ਉਹਨਾਂ ਦਾ ਕਹਿੰਦੇ ਦੇ ਜਾਓ ਠੀਕ ਬਾਏ ਬਾਏ ਓਕੇ ਬਾਏ